देश च हो गए चार वड्डे बदला। एलपीजी हो गया सस्ता, नहीं मिलना क्रेडिट कार्ड ते हुणे फायदा। बदले ड्राइविंग लाइसेंस दे नियम, तुहाडी जेब ते पवेगा असर। ਸ਼ਕਾਲ ਤੋਂ ਸਿੱਖ ਡੇਲੀ ਪੋਸਟ ਪੰਜਾਬੀ ਮਹਿਮਾਨ ਚਲ ਜਿੱਗੀਏ। ਦੇਸ਼ ਦੇ ਵਿੱਚ ਜਿਹੜੇ ਚਾਰ ਵੱਡੇ ਬਦਲਾਅ ਹੋਏ ਨੇ, ਡਰਾਈਵਿੰਗ ਲਾਇਸੈਂਸ ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ ਦੇ ਵੱਡੇ ਬਦਲਾਅ ਕੀਤੇ ਗਏ ਨੇ, ਜਿਨ੍ਹਾਂ ਨੇ ਹੁਣ ਤੁਹਾਡੀ ਜੇਬ ਦੇ ਉੱਤੇ ਅਸਰ ਪਾਉਣਾ। ਤਾਂ ਧਿਆਨ ਨਾਲ ਸੁਣਨਾ ਕਿਹੜੇ ਵੱਡੇ ਬਦਲਾਅ ਨੇ ਜੋ ਕਿ ਪੂਰੇ ਦੇਸ਼ ਦੇ ਵਿੱਚ ਕੀਤੇ ਗਏ ਨੇ 1 ਜੂਨ ਤੋਂ। ਜਿਵੇਂ ਕਿ ਹਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਕੁਝ ਬਦਲਾਅ ਕੀਤੇ ਜਾਂਦੇ ਨੇ, ਤਾਂ ਹਮੇਸ਼ਾ ਆਮ ਆਦਮੀ ਦੀ ਜਿਹੜੀ ਜੇਬ ਹੁੰਦੀ ਹੈ ਉਸਦੇ ਉੱਤੇ ਅਸਰ ਜ਼ਰੂਰ ਪੈਂਦਾ। ਤਾਂ ਉਹ ਤੁਹਾਨੂੰ ਇਸ ਖਬਰ ਦੀ ਪੂਰੀ ਜਾਣਕਾਰੀ ਦੇ ਦਿੰਦੇ ਹਾਂ। ਐਲਪੀਜੀ ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ ਦੇਸ਼ ਦੇ ਵਿੱਚ ਨਵੇਂ ਇਹ ਚਾਰ ਵੱਡੇ ਬਦਲਾਅ ਹੋ ਚੁੱਕੇ ਨੇ। ਤਾਂ ਹਰ ਘਰ ਦੇ ਉੱਤੇ, ਹਰ ਜੇਬ ਦੇ ਉੱਤੇ ਇਹ ਅਸਰ ਜਿਹੜਾ ਇਸਦਾ ਦਿਖਾਈ ਦੇਣ ਵਾਲਾ ਹੈ। ਤਾਂ ਤੇਲ ਮਾਰਕੀਟਿੰਗ ਕੰਪਨੀਆਂ ਦੀ ਗੱਲ ਕਰੀਏ, ਹਰ ਮਹੀਨੇ ਦੀ 1 ਤਾਰੀਖ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਬਦਲਦੀਆਂ ਨੇ। ਤੇ 1 ਜੂਨ 2024 ਤੋਂ ਸਵੇਰੇ 6 ਵਜੇ ਸੋਧੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਨੇ। ਤਾਜ਼ਾ ਬਦਲਾਅ ਤੋਂ ਬਾਅਦ 1 ਜੂਨ ਤੋਂ ਦਿੱਲੀ ਦੇ ਵਿੱਚ 69.50 ਰੁਪਏ, ਕੋਲਕਾਤਾ 'ਚ 72 ਰੁਪਏ, ਮੁੰਬਈ ਦੇ ਵਿੱਚ 69 ਰੁਪਏ, ਚੇਨਈ ਦੇ ਵਿੱਚ 70.50 ਰੁਪਏ ਦਾ 19 ਕਿਲੋ ਦਾ ਕਮਰਸ਼ੀਅਲ ਸਿਲੰਡਰ, ਗੈਸ ਸਿਲੰਡਰ ਸਸਤਾ ਹੋ ਚੁੱਕਿਆ ਹੈ। ਤਾਂ IOCL ਦੀ ਵੈਬਸਾਈਟ ਦੇ ਅਨੁਸਾਰ ਦੇਸ਼ ਦੇ 4 ਮਹਾਨਗਰਾਂ ਦੇ ਵਿੱਚ ਨਵੀਆਂ ਦਰਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਇਹ ਦੱਸੀਆਂ ਜਾ ਰਹੀਆਂ ਨੇ ਕਿ SBI ਕ੍ਰੈਡਿਟ ਕਾਰਡ ਦੇ ਵਿੱਚ ਵੀ 1 ਤਾਰੀਖ ਤੋਂ ਜੋ ਨਿਯਮ ਬਦਲਿਆ ਹੋਇਆ ਹੈ ਕਿ SBI ਦੇ ਕੁਝ ਕ੍ਰੈਡਿਟ ਕਾਰਡਸ ਦੇ ਲਈ ਸਰਕਾਰ ਦੇ ਨਾਲ ਸੰਬੰਧਿਤ ਲੈਣ ਦੇਣ ਦੇ ਉੱਤੇ ਇਨਾਮ ਪੁਆਇੰਟ ਲਾਗੂ ਨਹੀਂ ਹੋਣਗੇ। ਅੱਜ ਤੋਂ 1 ਜੂਨ ਤੋਂ ਪ੍ਰਾਈਵੇਟ ਸੰਸਥਾਵਾਂ ਡਰਾਈਵਿੰਗ ਸਕੂਲਾਂ ਦੇ ਵਿੱਚ ਵੀ ਡਰਾਈਵਿੰਗ ਟੈਸਟ ਲਏ ਜਾ ਸਕਦੇ ਨੇ। ਹੁਣ ਤੱਕ ਇਹ ਟੈਸਟ ਸਿਰਫ RTO ਦੁਆਰਾ ਚਲਾਏ ਜਾਂਦੇ, ਸਰਕਾਰੀ ਕੇਂਦਰਾਂ ਵਿੱਚ ਹੀ ਲਏ ਜਾਂਦੇ ਸਨ। ਹੁਣ ਪ੍ਰਾਈਵੇਟ ਸੰਸਥਾਵਾਂ ਵਿੱਚ ਵੀ ਲਾਇਸੈਂਸ ਦੇ ਲਈ ਅਪਲਾਈ ਕਰਨ ਵਾਲੇ ਲੋਕਾਂ ਦਾ ਡਰਾਈਵਿੰਗ ਟੈਸਟ ਹੋਵੇਗਾ, ਉਹਨਾਂ ਨੂੰ ਲਾਇਸੈਂਸ ਜਾਰੀ ਕੀਤਾ ਜਾਏਗਾ। ਤੇ ਹੁਣ ਅਗਲੀ ਤੇ ਚੌਥੀ ਜਿਹੜੀ ਚੀਜ਼ ਹੈ, ਚੌਥਾ ਬਦਲਾਅ ਆਧਾਰ ਕਾਰਡ ਦੇ ਰਿਲੇਟਿਡ ਹੈ। ਹਾਲਾਂਕਿ ਇਹ ਬਦਲਾਅ 14 ਜੂਨ ਤੋਂ ਲਾਗੂ ਹੋਵੇਗਾ। ਦਰਅਸਲ UIDAI ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਸੀਮਾ ਜਿਹੜੀ ਹੈ, ਸਮਾਂ ਸੀਮਾ 14 ਜੂਨ ਤੱਕ ਵਧਾ ਦਿੱਤੀ ਸੀ ਅਤੇ ਇਸਨੂੰ ਕਈ ਵਾਰ ਵਧਾਇਆ ਜਾ ਚੁੱਕਿਆ। ਇਸ ਲਈ ਹੁਣ ਇਸਨੂੰ ਅੱਗੇ ਵਧਾਉਣ ਦੀ ਸੰਭਾਵਨਾ ਘੱਟ ਦੱਸੀ ਜਾ ਰਹੀ ਹੈ। ਅਜਿਹੇ ਦੇ ਵਿੱਚ ਆਧਾਰ ਕਾਰਡ ਧਾਰਕਾਂ ਕੋਲ ਇਸਨੂੰ ਮੁਫਤ ਦੇ ਵਿੱਚ ਅਪਡੇਟ ਕਰਨ ਲਈ ਕੁਝ ਹੀ ਦਿਨ ਬਚੇ ਹਨ। ਇਸ ਤੋਂ ਬਾਅਦ ਜੇਕਰ ਤੁਸੀਂ ਇਸਨੂੰ ਅਪਡੇਟ ਕਰਵਾਉਣ ਦੇ ਲਈ ਆਧਾਰ ਕੇਂਦਰ ਦੇ ਉੱਤੇ ਜਿਹੜਾ ਜਾਂਦੇ ਹੋ, ਤਾਂ ਤੁਹਾਨੂੰ ਪ੍ਰਤੀ ਅਪਡੇਟ 50 ਰੁਪਏ ਦਾ ਚਾਰਜ ਦੇਣਾ ਹੋਵੇਗਾ।